ਅੱਗੇ ਤੱਕ ਦੇ ਦੀ ਮੈਨੂੰ ਤਾਂ ਬਾਪੂ ਮੈਂ ਤੁਹਾਡੇ ਕੋਲ ਹੀ ਬੈਠਣਾ ਇੱਥੇ ਹਾਂਜੀ ਆ ਜਾ ਮੈਂ ਇਹਨਾਂ ਨੂੰ ਪਹਿਲਾਂ ਪੁੱਛ ਕੇ ਬੈਠਾ ਤੁਸੀਂ ਕਮਲਾਂ 'ਚ ਬੈਠੇ ਮੈਂ ਆਪ ਬੈਠਣਾ ਮੈਂ ਕਿਹਾ ਜਿੰਨੀਆਂ ਸਾਡੀਆਂ ਬਹੁਤ ਪਿਆਰੀਆਂ ਮਾਵਾਂ ਸਤਿਕਾਰਯੋਗ ਮਾਵਾਂ ਔਰ ਭੈਣਾਂ ਮੇਰੀਆਂ ਇੱਜ਼ਤਾਂ ਸਾਡੀਆਂ ਔਰ ਬਹੁਤ ਮਾਣ ਮੱਤੇ ਸਾਡੇ ਬਜ਼ੁਰਗ ਸਾਹਿਬਾਨ ਔਰ ਮੇਰੇ ਦੋਸਤ ਮਿੱਤਰ ਸਾਰੇ ਨੌਜਵਾਨ ਛੋਟੇ ਬੱਚੇ ਔਰ ਸਾਡਾ ਮੀਡੀਆ ਜਿੰਨੇ ਵੀ ਕਦਮ ਇੱਥੇ ਚੱਲ ਕੇ ਆਏ ਹੋ ਇਸ ਸਭਾ 'ਚ ਹਾਜ਼ਰ ਹੋ ਆਪ ਸਭ ਦੇ ਅੰਦਰ ਬਿਰਾਜਮਾਨ ਉਸ ਪਰਮ ਸ਼ਕਤੀ ਨੂੰ ਮੇਰਾ ਕੋਟੀ ਕੋਟ ਪ੍ਰਣਾਮ ਹੈ ਕਬੂਲ ਕਰਿਓ ਪਿਆਰਿਓ ਆਹ ਇੱਕ ਐਨਰਜੀ ਹੈ ਇਹਨੂੰ ਮੇਰੇ ਵਰਗਾ ਪਾਪੀ ਬੰਦਾ ਵੀ ਮਹਿਸੂਸ ਕਰ ਸਕਦਾ ਹੈ ਆਹ ਜਿਹੜੀ ਇੱਕ ਐਨਰਜੀ ਹੈ ਉਹਦਾ ਕਾਰਨ ਪਤਾ ਕੀ ਹੈ ਆਪਾਂ ਸਾਰੇ ਤਿੰਨ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਇੱਥੇ ਅੱਜ ਆ ਮੋਰਚੇ 'ਚ ਬੈਠੇ ਹਾਂ ਉਹਦੀ ਕਿਰਪਾ ਸਦਕਾ ਹੁਣ ਇੱਕ ਸਾਡਾ ਫਰਜ਼ ਬਣਦਾ ਇੱਥੇ ਕੋਈ ਵੇਲਾ ਸੀ ਅਨਾਊਂਸਮੈਂਟਾਂ ਦਾ ਵੇਲਾ ਸੀ ਕਿ ਭਾਈ ਬਿੱਲ ਆ ਗਏ ਇਹ ਸਾਡੇ ਹੱਕ ਦੇ ਨਹੀਂ ਹੈ ਸਾਡੇ ਪੱਖ ਦੇ ਨਹੀਂ ਹੈ ਸਾਨੂੰ ਵਿਰੋਧ ਕਰਨਾ ਚਾਹੀਦਾ ਮਹੀਨਾ ਸਵਾ ਮਹੀਨਾ ਜਿੱਥੋਂ ਜਿੱਥੋਂ ਸੂਬੇ ਵਾਲੇ ਸਾਰੇ ਬੈਠੇ ਹੋ ਸਾਰਿਆਂ ਦੀਆਂ ਕਿਸਾਨ ਜਥੇਬੰਦੀਆਂ ਨੂੰ ਸਾਡਾ ਸਲਾਮ ਹੈ ਸਲਿਊਟ ਹੈ ਮਿਹਨਤ ਕਰਕੇ ਆਏ ਹੈ ਮਹੀਨਾ ਸਵਾ ਮਹੀਨਾ ਲੱਗ ਗਿਆ ਸਾਰਿਆਂ ਨੂੰ ਕਿ ਭਾਈ ਆਓ ਉਦੋਂ ਬਾਅਦ ਮਹੀਨਾ ਸਵਾ ਮਹੀਨਾ ਹੀ ਲੱਗ ਗਿਆ ਧਰਨਿਆਂ 'ਚ ਇਕੱਠ ਵੱਧਦਿਆਂ ਲਾਮਬੰਦੀਆਂ ਹੁੰਦਿਆਂ ਤਾਂ ਇੱਥੇ ਆ ਗਿਆ ਆਪਾਂ 27-28 ਤਰੀਕ ਤੱਕ ਇੱਥੇ ਹੁਣ ਪਿੰਡ ਵੱਜ ਗਏ ਚਾਰੇ ਪਾਸਿਓਂ ਚਾਰ ਪਿੰਡ ਵੱਜ ਗਏ ਗਾਜ਼ੀਆਬਾਦ ਵੀ ਵੱਜ ਗਿਆ ਪਲਵਲ ਵੀ ਵੱਜ ਗਿਆ ਉੱਧਰ ਟਿਕਰੀ ਵਾਲੇ ਪਾਸੇ ਵੱਜ ਗਿਆ ਇੱਥੇ ਕੁੰਡਲੀ ਵੱਜ ਗਿਆ ਹੁਣ ਚਾਰੇ ਜੈਪੁਰ ਵੀ ਜੀ ਜੈਪੁਰ ਵੀ ਪਿੰਡ ਵੱਜ ਗਿਆ ਤਾਂ ਪੰਜੇ ਪਿੰਡ ਵੱਜ ਗਏ ਬਾਬੇ ਹੋਏ ਹੁਣ ਇਹਨਾਂ ਪਿੰਡਾਂ 'ਚ ਆਉਣਾ ਜੇ ਤਾਂ ਅਸੀਂ ਬਗਾਵਤੀ ਹੋਈਏ ਅਸੀਂ ਹਥਿਆਰਾਂ ਵਾਲੇ ਹੋਈਏ ਤਾਂ ਸਾਡਾ ਢੰਗ ਕੋਈ ਹੋਰ ਹੁੰਦਾ ਹੁਣ ਅਸੀਂ ਪਹਿਲੇ ਦਿਲੋਂ ਬੋਲ ਕੇ ਆਏ ਹਾਂ ਕਿ ਅਸੀਂ ਭਾਈ ਪੀਸਫੁੱਲ ਪ੍ਰੋਟੈਸਟ ਕਰ ਰਹੇ ਹਾਂ ਸ਼ਾਂਤੀਪੂਰਵਕ ਅੰਦੋਲਨ ਹੈ ਜਿਹੜਾ ਹੁਣ ਇਹ ਪਿੰਡ ਵਸ ਗਿਆ ਇੱਥੇ ਲੜਾਈ ਵੀ ਲੜਨੀ ਹੈ ਜੰਗ ਵੀ ਲੜਨੀ ਹੈ ਪਰ ਸ਼ਾਂਤੀ ਨਾਲ ਲੜਨੀ ਹੈ ਸਾਰਾ ਦਿਨ ਕਿਵੇਂ ਲੰਘੇ ਇਹ ਵੱਡਾ ਸਵਾਲ ਹੈ ਕਿ ਸਾਰਾ ਦਿਨ ਕਿਵੇਂ ਲੰਘੇ ਉਸ ਦਿਨ ਦੇ ਵਿੱਚ ਬੜੀਆਂ ਸੋਹਣੀਆਂ ਵਿਧਾ ਬਣਾਈਆਂ ਸੱਚੇ ਪਾਤਸ਼ਾਹ ਨੇ ਕਿ ਆ ਸਭਾਵਾਂ ਹੋਣਗੀਆਂ ਇਹਨਾਂ ਨੂੰ ਅਟੈਂਡ ਕਰੀਏ 50-60 ਵਰਿਆਂ ਦੇ ਐਕਸਪੀਰੀਅੰਸ ਲੈ ਕੇ ਜਿਹੜੇ ਇੱਥੇ ਵਿਦਵਾਨ ਬੋਲ ਰਹੇ ਹੈ ਉਹਨਾਂ ਦੀਆਂ ਗੱਲਾਂ ਨੂੰ ਸੁਣੀਏ ਮਹਿਸੂਸ ਕਰੀਏ ਔਰ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਈਏ ਉਸ ਤੋਂ ਬਾਅਦ ਜਿਵੇਂ ਰੋਜ਼ ਦਾ ਸਾਡਾ ਅਕੋਮੋਡੇਸ਼ਨ ਵੀ ਹੈ ਸਾਡਾ ਖਾਣ ਪੀਣ ਵੀ ਹੈ ਲੰਗਰ ਵੀ ਹੈ ਸਾਡੇ ਇੱਥੇ ਸਫਾਈ ਕਰਨਾ ਵੀ ਸਾਡਾ ਕਰਮ ਹੈ ਤਾਂ ਇਹ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਹੁਣ ਇੱਥੇ ਨੌਜਵਾਨਾਂ ਨੂੰ ਦੇਖਣੀਆਂ ਪੈਣੀਆਂ ਜਿਹੜੇ ਦੇਖ ਰਹੇ ਹੈ ਸ਼ਾਬਾਸ਼ ਹੈ ਉਹਨਾਂ ਭਰਾਵਾਂ ਨੂੰ ਇਹਨਾਂ ਬਜ਼ੁਰਗਾਂ ਵੱਲੋਂ ਇਹਨਾਂ ਮਾਤਾਵਾਂ ਵੱਲੋਂ ਔਰ ਪੂਰੇ ਔਰੇ ਵੱਲੋਂ ਪਰ ਇਹ ਸਾਰੀਆਂ ਚੀਜ਼ਾਂ ਹੁਣ ਸਾਨੂੰ ਸਾਰਿਆਂ ਨੂੰ ਰਲ ਮਲ ਕੇ ਕਰਨੀਆਂ ਚਾਹੀਦੀਆਂ ਨੌਜਵਾਨੀ ਨੂੰ ਹੁਣ ਝਾੜੂ ਚੱਕਣਾ ਚਾਹੀਦਾ ਭਾਈ ਕਿ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਏਰੀਆ ਸਾਫ਼ ਨਹੀਂ ਹੈ ਉਹ ਸਾਨੂੰ ਸਾਫ਼ ਕਰਨਾ ਚਾਹੀਦਾ ਬਾਕੀ ਜਿਹੜੀ ਮੁੱਖ ਦੀ ਗੱਲ ਹੈ ਇਸ ਵੇਲੇ ਆਹ ਮਹੀਨਾ ਸਾਡੇ ਵਾਸਤੇ ਬੈਰਾਗ ਵਾਲਾ ਮਹੀਨਾ ਕਹਿ ਲਓ ਬੈਰਾਗ ਦੇ ਨਾਲ ਨਾਲ ਹੌਸਲੇ ਵਾਲਾ ਵੀ ਹੈ ਕਿਉਂਕਿ ਸਾਡੇ ਪਿਓ ਨੇ ਗੱਲ ਹੀ ਇੱਕ ਕਹਿਤੀ ਵੀ ਜੋ ਵੀ ਜਾਂਦਾ ਅਖੀਰ ਤੇ ਅਸੀਂ ਇਹੀ ਕਹਿੰਦੇ ਹਾਂ ਕਿ ਖਾਲਸਾ ਜੀ ਹਾਲ ਕੀ ਨੇ ਚੜ੍ਹਦੀ ਕਲਾ 'ਚ ਬਾਬਾ ਮੈਂ ਕਹਿੰਦਾ ਚੜ੍ਹਦੀ ਕਲਾ 'ਚ ਅਸੀਂ ਹੈਗੇ ਚੜ੍ਹਦੀ ਕਲਾ ਵਾਲੇ ਹੀ ਹਾਂ ਸੋ ਇਸ ਮਹੀਨੇ 'ਚ ਜੋ ਮਰਿਆਦਾ ਕਹਿੰਦੀ ਹੈ ਜੋ ਬੈਰਾਗੀ ਹੈ ਇਹ ਤਾਂ ਇਉਂ ਲਾ ਲਓ ਕਿਸੇ ਸਾਧੂ ਮਹਾਂਪੁਰਸ਼ ਕੋਲੇ ਬਹਿ ਕੇ ਪੁੱਛਾਂਗੇ ਨਾ ਕਿ ਆਹ ਮਹੀਨੇ ਦਾ ਕੀ ਹਾਲ ਹੈ ਉਹ ਆਖੂਗਾ ਕਿ ਕਿੰਨੀਆਂ ਲਾਵਾਂ ਪੜੀਆਂ ਸੀ ਜਦੋਂ ਮਹਾਰਾਜ ਨੇ ਦੋ ਮੇਲ ਕਰਾਏ ਤਾਂ ਮੇਰੇ ਵਰਗਾ ਵੀ ਕਹਿ ਦੂ ਕਲ ਕਿ ਬਾਪੂ ਜੀ ਨੇ ਚਾਰ ਲਾਵਾਂ ਪੜਾਈਆਂ ਸੀ ਤਾਂ ਉਹ ਕਹਿ ਦੇਣਗੇ ਫਿਰ ਇਸ ਵੇਲੇ ਤੈਨੂੰ ਮਹਾਰਾਜ ਨੇ ਤੀਜੇ ਡੰਡੇ ਤੇ ਬਿਠਾ ਰੱਖਿਆ ਤਾਂ ਮੇਰੇ ਵਰਗਾ ਭੋਲਾ ਫਿਰ ਪੁੱਛੂ ਬਾਪੂ ਜੀ ਤੀਜਾ ਕਿਵੇਂ ਕਹੀ ਜਾਂਦੇ ਹੋ ਕਹਿੰਦੇ ਤੀਜਾ ਬੈਰਾਗ ਦਾ ਹੀ ਹੁੰਦਾ ਨਾ ਤਾਂ ਮਹੀਨਾ ਹੁਣ ਬੈਰਾਗ ਦਾ ਹੀ ਹੈ ਇਹਦੂ ਬਾਅਦ ਤਾਂ ਸਾਹਿਬ ਨਾਲ ਮੇਲ ਹੈ ਕਿੰਨਾ ਨੇੜੇ ਬੈਠੇ ਹਾਂ ਅਸੀਂ ਰੱਬ ਦੇ ਤਾਂ ਹੀ ਉਹ ਸਿਆਣੇ ਬੰਦੇ ਅੱਜ ਕੱਲ੍ਹ ਇੱਕ ਦੇਸੀ ਭਾਸ਼ਾ 'ਚ ਨਾ ਠੇਠ ਜੇ ਲਹਿਜੇ 'ਚ ਕਹਿੰਦੇ ਹੁੰਦੇ ਆ ਭਾਈ ਆਹ ਮਹੀਨੇ 'ਚ ਵੈਸੇ ਤਾਂ ਪਲ ਪਲ ਹੀ ਉਹਦੀ ਬੰਦਗੀ ਦਾ ਆਹ ਮਹੀਨਿਆਂ 'ਚ ਕਹਿੰਦੇ ਜਿਹੜਾ ਥੋੜ੍ਹਾ ਜਿਹਾ ਵੀ ਸੱਚੇ ਢੰਗ ਨਾਲ ਬਹਿ ਗਿਆ ਨਾ ਤੇ ਕਰ ਗਿਆ ਉਹਦੇ ਨਾਲ ਗੱਲਾਂ ਕਹਿੰਦੇ ਮੇਲ ਛੇਤੀ ਹੁੰਦਾ ਇਹਨਾਂ ਮਹੀਨਿਆਂ 'ਚ ਕਾਰਨ ਹੈ ਕਿ ਬਹੁਤ ਸਾਰੀਆਂ ਭਾਵਨਾਵਾਂ ਬਹੁਤ ਵੱਡਾ ਇੱਕ ਔਰਾ ਬਹੁਤ ਵੱਡੀ ਐਨਰਜੀ ਹੈ ਜਿਹੜੀ ਇਹਨਾਂ ਮਹੀਨਿਆਂ 'ਚ ਖਾਸ ਕਰਕੇ ਵਾਸ ਕਰਦੀ ਹੈ ਸਾਡੇ ਵਰਗੇ ਪਾਪੀਆਂ ਦੇ ਅੰਦਰ ਵੀ ਮੇਰੇ ਵਰਗੇ ਪਾਪੀਆਂ ਦੇ ਅੰਦਰ ਵੀ ਸੋ ਖਿਆਲ ਰੱਖਿਓ ਮਿੱਤਰੋ ਪਿਆਰਿਓ ਨੌਜਵਾਨੀ
ਭਗਤੀ ਵਾਲੇ ਪਾਸੇ ਇਸ ਮਹੀਨੇ ਨੂੰ ਲਾਓ, ਕਿਉਂਕਿ ਸਾਰਾ ਦਿਨ ਕੱਢਣਾ ਔਖਾ ਹੈ ਵਿਹਲੇ ਬੰਦੇ ਲਈ। ਵਿਹਲਾ ਬੰਦਾ ਫਿਰ ਟਰੈਕਟਰਾਂ ਤੇ ਡੈਕ ਲਾਊਗਾ, ਇੱਥੇ ਵਾਇਸ ਪੋਲਿਊਸ਼ਨ ਕਰੂਗਾ, ਹਨਾ ਸਫਾਈ ਵਾਲੇ ਪਾਸੋਂ ਧਿਆਨ ਹਟ ਜਾਊਗਾ। ਔਰ ਮੁੱਖ ਦੀ ਗੱਲ, ਸਾਡੇ ਪਿਓ ਦਾਦੇ, ਸਾਡੀਆਂ ਮਾਵਾਂ, ਸਾਡੀਆਂ ਦਾਦੀਆਂ ਇੱਥੇ ਆਈਆਂ, ਉਮਰਾਂ ਹੁਣ ਸਾਥ ਨਹੀਂ ਦਿੰਦੀਆਂ, ਉਮਰਾਂ ਹੁਣ ਵੱਡੀਆਂ ਹੋਈਆਂ ਵੀ ਆ, ਤਾਂ ਇੱਕ ਠੀਕ ਹੈ, ਇਹ ਹੈ ਹੀ ਉਹਨਾਂ ਦੇ ਧੀਆਂ ਪੁੱਤ ਆ ਜਿਨ੍ਹਾਂ ਨੇ ਹਾਰ ਕਦੇ ਮੰਨੀ ਹੋਈ ਨਹੀਂ, ਹਾਰ ਕਦੇ ਮੰਨੀ ਨਹੀਂ। ਆਏ ਹੈ ਨੌਜਵਾਨੀ ਨੂੰ ਸ਼ਾਬਾਸ਼ ਹੈ ਕਿ ਇਸ ਵਾਰੀ ਮਾਣ ਰੱਖਿਆ ਸਾਰੇ ਸੂਬਿਆਂ ਦੀ ਨੌਜਵਾਨੀ ਨੇ ਕਿ ਭਰਮੀ ਹਾਜ਼ਰੀ ਦਿੱਤੀ ਹੈ। ਇਸੇ ਕਰਕੇ ਇੱਕ ਗੱਲ ਠੋਕ ਕੇ ਕਹਿਣਾ ਹੈ ਕਿ ਨੌਜਵਾਨੀ ਕਰਕੇ ਹੀ ਇਹ ਅੰਦੋਲਨ ਇੱਥੇ ਖੜਾ ਹੈ। ਇਸ ਗੱਲ ਦੀ ਦਾਦ ਹੈ ਸਾਰਿਆਂ ਨੂੰ ਕਿ ਨੌਜਵਾਨੀ ਕਰਕੇ ਖੜਾ, ਪਰ ਹੁਣ ਜਦੋਂ ਐਡਾ ਵੱਡਾ ਮਾਣ ਮਹਾਰਾਜ ਨੇ ਤੁਹਾਨੂੰ ਬਖਸ਼ਿਆ ਤਾਂ ਆਪਣੀਆਂ ਜ਼ਿੰਮੇਵਾਰੀਆਂ ਸਾਂਭੋ ਭਾਈ, ਜ਼ਿੰਮੇਵਾਰੀਆਂ ਸਾਂਭੋ। ਸਾਰੇ ਦਿਨ ਨੂੰ ਛੋਟੇ ਛੋਟੇ ਗਰੁੱਪਾਂ 'ਚ ਆਪਦੀਆਂ ਬਹਿ ਕੇ ਬਾਬੇ ਨਾਨਕ ਵਾਲੀਆਂ ਗੋਸ਼ਟੀਆਂ ਕਰੋ ਕਿ ਆਪਾਂ ਇੱਥੇ ਕੀ ਜ਼ਿੰਮੇਵਾਰੀਆਂ ਸਾਂਭੀਏ। ਫਿਰ ਡੈੱਕ ਵੀ ਬੰਦ ਹੋ ਜਾਣਗੇ, ਫਿਰ ਕਹਿਣ ਦੀ ਲੋੜ ਨਹੀਂ ਪੈਣੀ, ਫਿਰ ਸਫਾਈਆਂ ਵੀ ਹੋਣ ਲੱਗ ਜਾਣਗੀਆਂ, ਫਿਰ ਅਸੀਂ ਲੰਗਰਾਂ 'ਚ ਵੀ ਸਾਡਾ ਸਿਸਟਮ ਜਿੱਦਾਂ ਸੋਹਣਾ ਚੱਲ ਰਿਹਾ ਹੋਰ ਸੋਹਣਾ ਹੋ ਜਾਊਗਾ। ਤਾਂ ਕਹਿਣ ਦੇ ਮਤਲਬ ਕਿ ਇੱਕ ਪਿੰਡ ਦੇ ਵਿੱਚ ਜੋ ਜੋ ਮਰਿਆਦਾਵਾਂ ਹੁੰਦੀਆਂ ਉਹ ਸਾਰੀਆਂ ਦੀ ਜ਼ਿੰਮੇਵਾਰੀ ਹੁਣ ਸੱਜਣੋ ਤੁਹਾਡੀ ਹੈ। ਤਾਂ ਕੁਛ ਲਫ਼ਜ਼ ਹੈ ਉਹ ਮੈਂ ਤੁਹਾਡੇ ਨਾਲ ਬਹਿ ਕੇ ਜ਼ਰੂਰ ਪੜ੍ਹਨਾ ਚਾਹੁੰਦਾ, ਇਹ ਲਫ਼ਜ਼ ਮੈਨੂੰ ਲੱਗਦਾ ਤੁਹਾਨੂੰ ਸਾਰਾ ਕੁਛ ਕਹਿ ਜਾਣਗੇ। ਇਹ ਇਹਨਾਂ ਬਜ਼ੁਰਗਾਂ ਦੀ ਭਾਵਨਾ ਹੈ, ਇਹ ਸਮੁੱਚੇ ਔਰੇ ਦੀ ਭਾਵਨਾ ਹੈ। ਉੱਠ ਕੇ ਜੋ ਬੈਠਕਾਂ ਚੋਂ ਧਰਨੇ ਚ ਆਏ ਨੇ, ਉੱਠ ਕੇ ਜੋ ਬੈਠਕਾਂ ਚੋਂ ਉਹ ਧਰਨੇ ਚ ਆਏ ਨੇ, ਤੁਹਾਡੇ ਨਾਲ ਖੜੇ ਭਾਵੇਂ ਇਹ ਮਰਨੇ ਤੇ ਆਏ ਨੇ। ਹੋ ਗਈਆਂ ਬੁਰਜ ਠੰਡੇ ਇਹ ਦਿੱਲੀ ਦੀਆਂ ਸੜਕਾਂ, ਉੱਤੋਂ ਵੇਖ ਮੌਸਮਾਂ ਦੇ ਹਾਲ, ਨੌਜਵਾਨੀਏ ਨੀ ਰੱਖੀ ਬੇਬੇ ਬਾਪੂ ਦਾ ਖਿਆਲ, ਨੌਜਵਾਨੀਏ ਨੀ ਰੱਖੀ ਬੇਬੇ ਬਾਪੂ ਦਾ ਖਿਆਲ। ਸਤਿ ਸ੍ਰੀ ਅਕਾਲ। ਇਹ ਭਾਵਨਾ ਹੈ, ਮੇਰੀ ਔਕਾਤ ਨਹੀਂ ਹੈ, ਕੁਦਰਤ ਬੋਲਦੀ ਹੈ, ਵਸਾ ਲਿਓ ਉਹਨਾਂ ਲਫ਼ਜ਼ਾਂ ਨੂੰ ਆਪਦੇ ਮਨ ਚ। ਇੱਕ ਵਾਰੀ ਫਿਰ ਪੜ੍ਹਨਾ। ਉੱਠ ਕੇ ਜੋ ਬੈਠਕਾਂ ਚੋਂ ਕੇ ਜੋ ਬੈਠਕਾਂ ਚੋਂ ਉਹ ਧਰਨੇ ਚ ਆਏ ਨੇ, ਸਾਡੇ ਨਾਲ ਖੜੇ ਭਾਵੇਂ ਉਹ ਮਰਨੇ ਤੇ ਆਏ ਨੇ। ਹੋ ਗਈਆਂ ਬੁਰਜ ਠੰਡੇ ਇਹ ਦਿੱਲੀ ਦੀਆਂ ਸੜਕਾਂ, ਉੱਤੋਂ ਵੇਖ ਮੌਸਮਾਂ ਦੇ ਹਾਲ, ਨੌਜਵਾਨੀਏ ਨੀ ਰੱਖੀ ਬੇਬੇ ਬਾਪੂ ਦਾ ਖਿਆਲ, ਉਹ ਮੇਰੇ ਪਿਆਰਿਓ ਉਹ ਰੱਖੀ ਬੇਬੇ ਬਾਪੂ ਦਾ ਖਿਆਲ। ਅਕਾਲ ਹੈ ਬਾਬਿਓ, ਅਕਾਲ ਹੈ, ਅਕਾਲ ਹੈ। ਅਗਲੀ ਬਾਤ ਹੈ ਸਾਡੇ ਬਜ਼ੁਰਗ, ਅਕਾਲ ਹੈ ਬਾਬਿਓ, ਅਕਾਲ ਹੈ। ਸਾਡਾ ਬਜ਼ੁਰਗ ਵੀ ਬੈਠਾ ਇੱਥੇ ਧੂਣੀ ਸੇਕ ਰਿਹਾ, ਹੁਣ ਪਿੰਡ ਵਾਂਗੂ ਨਹੀਂ ਕਹਿ ਰਿਹਾ ਆਪਦੇ ਮੁੰਡੇ ਨੂੰ ਜਾਂ ਆਪਦੇ ਪੋਤੇ ਨੂੰ ਕਿ ਪੁੱਤ ਲਿਆਈ ਤੇਰੀ ਬੇਬੇ ਤੋਂ ਅੰਦਰੋਂ ਪਾਥੀਆਂ ਚੱਕ ਕੇ ਲਿਆ ਜਾਂ ਕੋਈ ਲੱਕੜ, ਇੱਥੇ ਅਰੇਂਜਮੈਂਟ ਕਰਨਾ ਪੈਂਦਾ। ਹਾਲਾਂਕਿ ਕਸਰ ਨਹੀਂ ਛੱਡੀ, ਮਹਾਰਾਜ ਨੇ ਵੀ ਬੜੇ ਦਾਨੀ ਸੱਜਣੇ ਇੱਥੇ ਭੇਜੇ ਆ, ਹਰ ਚੀਜ਼ ਦੀਆਂ ਸ਼ੈਬਰਾਂ ਲੱਗੀਆਂ ਪਈਆਂ, ਪਰ ਫਿਰ ਵੀ ਕਹਿੰਦੇ ਹੁੰਦੇ ਆ ਘਰ ਘਰ ਹੀ ਹੁੰਦਾ। ਤਾਂ ਉੱਥੇ ਇੱਕ ਗੱਲ ਹੈ, ਧੌਣ ਉੱਤੇ ਕਰਕੇ ਆਕਾਸ਼ ਵੇਖ ਰਿਹਾ ਸੀ, ਧੌਣ ਉੱਤੇ ਕਰਕੇ ਆਕਾਸ਼ ਵੇਖ ਰਿਹਾ ਸੀ, ਬੁੱਝੀ ਹੋਈ ਭੱਠੀ ਉੱਤੇ ਹੱਥ ਸੇਕ ਰਿਹਾ ਸੀ, ਕੰਬਦੇ ਜੇ ਹੱਥ ਦੋਵੇਂ ਜੋੜ ਲਏ ਸੀ ਬਾਪੂ ਨੇ, ਤੇਰਾ ਭਾਣਾ ਮਿੱਠਾ ਕਹਿ ਕੇ
मत्था टेक रिया सी। इन्हां ने ता केवल भविख साडा वेख्या, इन्हां ने ता केवल भविख साडा वेख्या, अपने ता बचे कुछ साल नौजवानी है। गाओ मुंडे नौजवानी है, रखी बेबे बापू दा ख्याल, भैन मेरी है रखी बेबे बापू दा ख्याल, ओ वीर मेरे आ ओ रखी बेबे बापू दा ख्याल, सच्चे पातशाह रखी बेबे बापू दा ख्याल, ओ भोले सोने और रखी बेबे बापू दा ख्यालो। सत श्री अकाल है बाबू, सत श्री अकाल। मन दियां भावनावां इत्थे बैठे हजारां लखां हिरदे, उन्हां हिरदयां दियां भावनावां।